ਫਗਵਾੜਾ ਵਿਖੇ ਬਲਾਕ ਕਾਂਗਰਸ ਦਿਹਾਤੀ ਦੀ ਇੱਕ ਅਹਿਮ ਮੀਟਿੰਗ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਅਗਵਾਈ 'ਚ ਹੋਈ, ਜਿਸ 'ਚ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਚੋਣਾਂ ਬਾਰੇ ਵਿਸਤਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਇਸ ਵਾਰ ਕਾਂਗਰਸ ਦੇ ਉਮੀਦਵਾਰ ਚੋਣਾਂ 'ਚ 100% ਜਿੱਤ ਹਾਸਲ ਕਰਨਗੇ। ਉਹਨਾਂ ਕਿਹਾ ਕਿ ਸਾਰੇ ਲੋਕ ਕਾਂਗਰਸ ਸਰਕਾਰ ਦੇ ਨਾਲ ਹਨ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਕੇ ਵਧੇਰੇ ਵਿਕਾਸ ਕਾਰਜ ਕਰਨਗੇ। ਪੰਜਾਬ ਗਵਰਨਮੈਂਟ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜਿਸ ਤਰ੍ਹਾਂ ਸ਼ਡਿਊਲ ਇਲੈਕਸ਼ਨ ਦਾ, ਪੰਚਾਇਤ ਸਮਿਤੀ ਇਲੈਕਸ਼ਨ, ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਦਾ ਜੋ ਆਇਆ ਇਲੈਕਸ਼ਨ ਕਮਿਸ਼ਨ ਵੱਲੋਂ, ਡਿਪਾਰਟਮੈਂਟ ਵੱਲੋਂ, ਉਹਦੀ ਤਿਆਰੀ ਵਾਸਤੇ ਅੱਜ ਜਿਹੜੇ ਸਾਡੇ 20 ਮੈਂਬਰਸ ਹੈਗੇ ਪੰਚਾਇਤ ਸਮਿਤੀ ਦੇ, ਉਹ 82 ਪਿੰਡਾਂ ਦੇ 20 ਪਿੰਡਾਂ ਦੇ ਵਿੱਚ ਉਹਦੇ ਡਿਵੀਜ਼ਨ ਕਰਕੇ ਅਸੀਂ ਉਹਨਾਂ ਨੂੰ, ਉਹਨਾਂ ਦੇ ਚਾਰ ਚਾਰ ਪਿੰਡ ਦੇ 20 ਜ਼ੋਨ ਚਾਰਜ ਲਾਏ ਸਨ ਪਿੰਡਾਂ ਦੇ, ਉਹਨਾਂ ਸਾਰਿਆਂ ਨੂੰ ਬੁਲਾਇਆ ਉਹਦੀ ਇਲੈਕਸ਼ਨ ਦੀ ਤਿਆਰੀ। ਤੋ ਮੈਂ ਸਮਝਦਾ ਕਿ ਪਾਰ ਲਾ, ਕਿਉਂਕਿ ਇਲੈਕਸ਼ਨ ਦੇ ਵਿੱਚ ਸਾਰੀਆਂ ਗੱਲਾਂ ਦੀ ਚਰਚਾ ਹੁੰਦੀ ਹੈ। ਨੀਲੇ ਕਾਰਡ ਜਿਹੜੇ ਸਨ ਉਹਨਾਂ ਦੀ ਰਿਵੀਜ਼ਨ ਹੋ ਰਹੀ ਹੈ, ਉਹਦੇ ਵਿੱਚ ਬਹੁਤ ਸਾਰੇ ਨਵੇਂ ਕਾਰਡ, ਕੋਈ 3100 ਦੇ ਕਰੀਬ ਨਵੇਂ ਕਾਰਡ ਬਣ ਗਏ, ਕਈ ਪਿੰਡਾਂ ਦੇ ਕੰਪਲੀਟਸ ਬਣ ਗਏ ਨੇ ਔਰ ਦੂਸਰੇ 'ਚ ਬਣਾ ਰਹੇ ਹਨ। ਇਹ ਮੁੱਦੇ ਸਾਰੇ ਇਲੈਕਸ਼ਨ ਦੇ ਹੈਗੇ ਆ, ਖਾਸ ਕਰਕੇ ਵਿਕਾਸ ਦਾ, ਗਲੀਆਂ ਨਾਲੀਆਂ ਦਾ, ਪਿੰਡਾਂ ਦੀਆਂ ਫਿਰਨੀਆਂ ਦਾ, ਪਾਣੀ ਦੇ ਨਿਕਾਸ ਦਾ, ਸੀਵਰੇਜ ਦਾ, ਵਾਟਰ ਸਪਲਾਈ ਦਾ, ਇਹ ਸਾਰੇ ਮੁੱਦੇ ਜਿਹੜੇ ਪਿੰਡਾਂ ਦੇ ਵਿੱਚ ਹੈਗੇ ਆ, ਬਕਾਇਦਾ ਉਹਨਾਂ ਦੀ ਰਿਵੀਜ਼ਨ ਹੁੰਦੀ ਆ। ਔਰ ਇਹ ਗੱਲ ਮੈਂ ਆਪ ਜੀ ਨਾਲ ਸਾਂਝਾ ਕਰਾਂ ਕਿ ਤਕਰੀਬਨ 80 ਲੱਖ ਰੁਪਈਆ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਬਣਾਏ ਸਨ, ਲੈਟਰਿਨਸ ਘਰਾਂ 'ਚ ਬਣੀਆਂ ਸਨ, ਉਹਨਾਂ ਦਾ ਬਕਾਇਆ ਸੀ ਉਹ 80 ਲੱਖ ਰੁਪਈਆ ਆ ਗਿਆ। ਅਤੇ ਉਹਦੇ ਪਿੰਡਾਂ ਦੇ ਮੁਤਾਬਕ ਲਿਸਟਾਂ ਬਣਾ ਕੇ ਉਹਨਾਂ ਦੇ ਅਕਾਊਂਟ ਦੇ ਵਿੱਚ ਉਹ ਪੈਸਾ ਪੈ ਰਿਹਾ। ਇਸ ਤੋਂ ਇਲਾਵਾ ਜਿਹੜੀਆਂ ਹੋਰ ਲੈਟਰਿਨਸ ਬਣਨੀਆਂ ਨੇ, ਜਿਹੜੇ BPL ਪਰਿਵਾਰ ਨੇ, ਲੋੜਵੰਦ ਜਿਹੜੇ ਹੈਗੇ ਨੇ, ਉਹਨਾਂ ਦੀਆਂ ਲਿਸਟਾਂ ਬਣ ਰਹੀਆਂ, ਉਹ ਵੀ ਲਿਸਟਾਂ ਬਣ ਕੇ ਜਲਦੀ ਸਰਕਾਰ ਕੰਪਲੀਟ ਕਰ ਦੇਗੀ। ਔਰ ਵਾਟਰ ਸਪਲਾਈ ਔਰ ਸੀਵਰ ਜਿਹੜਾ ਪਿੰਡਾਂ ਵਿੱਚ ਹੈ ਉਹਨੂੰ ਸ਼ੋਰ ਕੀਤਾ ਜਾਏਗਾ। ਤੋ ਮੈਂ ਸਮਝਦਾ ਕਿ ਇਹ ਕੰਮਾਂ ਦੇ ਆਧਾਰ ਦੇ ਉੱਤੇ ਪੰਚਾਇਤ ਸਮਿਤੀ ਔਰ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਹੈ ਫਗਵਾੜੇ ਦੀ, ਬਲੋਕ ਦੇ ਅਧਿਅਕਸ਼ ਔਰ ਮੈਂ ਐਜ ਏ ਡਿਸਟ੍ਰਿਕਟ ਪ੍ਰੈਜੀਡੈਂਟ, ਮੈਂ ਇੱਥੋਂ ਇਲੈਕਸ਼ਨ ਵੀ ਲੜਿਆ, ਅਸੀਂ ਫੁੱਲ ਤਰੀਕੇ ਦੇ ਨਾਲ ਉਹਦੀ ਜਿੱਤ ਲਈ ਬਿਲਕੁਲ ਹਾਜ਼ਰ ਹਾਂ ਔਰ ਅਸੀਂ ਉਹਦੇ 'ਚ ਜਿੱਤ ਹਾਸਲ ਕਰਾਂਗੇ। ਇਸ ਮੌਕੇ ਹਰਸਰੂਪ ਸਿੰਘ, ਦੀਪ ਸਿੰਘ, ਅਵਤਾਰ ਸਿੰਘ, ਨਵਜਿੰਦਰ ਸਿੰਘ, ਅਮਰ ਸਿੰਘ, ਤਰਲੋਚਨ ਸਿੰਘ ਅਤੇ ਹੋਰ ਕਈ ਕਾਂਗਰਸੀ ਆਗੂ ਹਾਜ਼ਰ ਸਨ। ਅੱਜ ਬਲਾਕ ਕਾਂਗਰਸ ਦਿਹਾਤੀ ਦੀ ਮੀਟਿੰਗ ਸਰਦਾਰ ਜੋਗਿੰਦਰ ਸਿੰਘ ਜੀ ਮਾਨ ਦੀ ਅਗਵਾਈ ਵਿੱਚ ਹੋਈ ਆ, ਜਿਹਦੇ ਵਿੱਚ ਮੁੱਖ ਏਜੰਡਾ ਆਉਣ ਵਾਲੀਆਂ ਬਲਾਕ ਸਮਿਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਕੀਤੀ ਗਈ ਆ, ਜਿਹਦੇ ਤਹਿਤ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆ, ਸਰਕਾਰ ਦੇ ਨਾਲ ਨਾਲ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਕੈਪਟਨ ਅਮਰਿੰਦਰ ਸਿੰਘ ਦੇ ਕੰਮਾਂ ਨੂੰ ਦੇਖਦੇ ਹੋਏ, ਵੀ ਜਿੰਨੀਆਂ ਵੀ ਚੋਣਾਂ ਹੋ ਰਹੀਆਂ ਆ ਰਹੀਆਂ ਉਹ ਕਾਂਗਰਸ ਜਿੱਤੇਗੀ ਔਰ ਫਗਵਾੜੇ ਦੀ ਜਿਹੜੀ ਇਹ ਚੋਣ ਆ, ਇਹ ਬਲਾਕ ਕਾਂਗਰਸ ਦਿਹਾਤੀ ਦੀ ਜਿਹੜੀ ਆ ਉਹਦੇ ਵਿੱਚ 20 ਜ਼ੋਨਾਂ ਦੇ ਇੰਚਾਰਜਾਂ ਦੀ ਮੀਟਿੰਗ ਹੋਈ ਆ, ਜਿਹਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਵੀ ਜਿਹੜੇ ਵੀ ਕੈਂਡੀਡੇਟ ਜੇਤੂ ਆ ਪਹਿਲ ਦੇ ਆਧਾਰ 'ਤੇ ਟਕਸਾਲੀ ਆ ਉਹਨਾਂ ਨੂੰ ਦਿੱਤੀ ਜਾਊਗੀ। ਜੇਤੂ ਕੈਂਡੀਡੇਟਾਂ ਨੂੰ ਬੀਆਂ ਨੂੰ ਮੈਦਾਨ ਵਿੱਚ ਉਤਾਰ ਕੇ ਕਾਂਗਰਸ ਆਪਣੀ ਬਹੁਮਤ ਨਾਲ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਵਿੱਚ ਜਿੱਤ ਹਾਸਲ ਕਰੇਗੀ। ਸਰਦਾਰ ਜੋਗਿੰਦਰ ਸਿੰਘ ਜੀ ਮਾਨ ਦੀ ਅਗਵਾਈ ਵਿੱਚ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਸੁਨੀਲ ਜਾਖੜ ਦੀ ਅਗਵਾਈ ਵਿੱਚ। ਫਗਵਾੜਾ ਤੋਂ ਅਜੇ ਕੋਸ਼ਟ ਦੀ ਰਿਪੋਰਟ।